ਕਾਲੀ ਨੂੰ ਰੋਂਦੀ ਦੁਨੀਆ, ਐਵੇਂ ਕੋਈ ਰੋਂਦਾ ਕਾਲੀ ਨੂੰ ਰੋਵੇ ਦੁਨੀਆ, ਜੋ ਮਹਾਂਪੁਰਸ਼ਾਂ ਦੀਆਂ ਕਰਨੀਆਂ ਕਮਾਈਆਂ ਹੁੰਦੀਆਂ ਨੇ ਉਹਨੂੰ ਦੇਖ ਕੇ ਹੀ ਸਾਰਾ ਜਗ ਰੋਂਦਾ ਹੈ। ਕਰਨੀ ਨੂੰ ਦੇਖ ਕੇ ਜੋ ਮਹਾਂਪੁਰਸ਼ਾਂ ਨੇ ਸਾਡੇ ਉੱਤੇ ਪਰਉਪਕਾਰ ਕੀਤੇ ਹੁੰਦੇ ਨੇ, ਪਰਉਪਕਾਰਾਂ ਨੂੰ ਯਾਦ ਕਰਕੇ ਦੁਨੀਆ ਰੋਂਦੀ ਹੈ। ਹੁਣ ਆਪ ਜੀ ਦੇਖਦੇ ਹੋ ਸਾਧ ਸੰਗਤ ਕਿੱਡੀ ਕਿੱਡੀ ਦੂਰੋਂ ਆ ਕਰਕੇ ਸੰਗਤਾਂ ਮਹਾਂਪੁਰਸ਼ਾਂ ਨੂੰ ਨਤਮਸਤਕ ਨਮਸਕਾਰਾਂ ਕਰਨ ਵਾਸਤੇ ਆ ਰਹੀਆਂ ਨੇ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜ ਰਹੀਆਂ ਨੇ। ਆਓ ਸਾਧ ਸੰਗਤ, ਇਹੋ ਜਿਹੇ ਪਰਉਪਕਾਰੀ ਮਹਾਂਪੁਰਸ਼ ਜੋ ਆਪਣੇ ਇਲਾਕੇ ਨੂੰ ਹੀ ਤਾਰ ਰਹੇ ਨੇ, ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ ਹੈ ਕੀਤਾ ਅਰਦਾਸ ਸੰਤਾਂ ਦਾ। ਆਓ ਇੱਕ ਤਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ। ਸੰਤ ਮਹਾਰਾਜ ਜੀ ਆ ਗਏ ਨੇ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਰਤਨ, ਆਪਾਂ ਇਹਨਾਂ ਦੇ ਕਮਾਏ ਹੋਏ ਬਚਨ ਸਰਵਣ ਕਰਨੇ ਨੇ। ਸੋਨੂੰ ਸਭ ਜਗ ਪੂਜਦਾ ਸੋਡੀ ਕਰਨੀ ਦੇਖ ਕੇ, ਸੋਨੂੰ ਸਭ ਜਗ ਪੂਜਦਾ ਸੋਡੀ ਕਰਨੀ ਦੇਖ ਕੇ, ਸਭ ਜਗ ਸੋਨੂੰ ਸਭ ਜਗ ਪੂਜਦਾ ਛੋਟੀ ਕਰਨੀ ਦੇਖ, ਸੋਨੂੰ ਸਭ ਜਗ ਪੂਜਦਾ ਛੋਟੀ ਕਰਨੀ ਦੇਖ ਕੇ, ਸਭ ਜਗ ਪੂਜਦਾ ਛੋਟੀ ਕਰਨੀ ਦੇਖ ਕੇ, ਸਭ ਜਗ ਪੂਜਦਾ ਛੋਟੀ ਕਰਨੀ ਦੇਖ ਕੇ।
ਪਿਆਰੇ ਜੀ ਸੰਸਾਰ ਮੇਰਾ ਦੂਰ ਹੋ ਗਿਆ, ਪਿਆਰੇ ਜੀ ਸੰਸਾਰ ਮੇਰਾ ਦੂਰ ਹੋ ਗਿਆ, ਪਿਆਰੇ ਜੀ ਸੰਸਾਰ ਮੇਰਾ ਦੂਰ ਹੋ ਗਿਆ, ਪਿਆਰੇ ਜੀ ਸੰਸਾਰ ਮੇਰਾ ਦੂਰ ਹੋ ਗਿਆ। ਸਤਿਗੁਰੂ ਜਮ ਤੇਰਾ ਦਰਸ਼ਨ ਪਾਇਆ, ਸਤਿਗੁਰੂ ਜਮ ਤੇਰਾ ਦਰਸ਼ਨ ਪਾਇਆ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੁਛ ਕੁ ਦਿਨ ਤੋਂ ਉਹਨਾਂ ਸਤਿਪੁਰਸ਼ਾਂ ਦੀਆਂ ਯਾਦਾਂ ਮਨਾ ਰਹੇ ਹਾਂ, ਇਸ ਲਈ ਮਨਾ ਰਹੇ ਹਾਂ ਕਿ ਸਾਨੂੰ ਕੁਛ ਸੇਧ ਮਿਲ ਜਾਏ, ਜੀਵਨ ਦੀ ਜਾਂਚ ਮਿਲ ਜਾਏ। ਜੀਵਨ ਦੀ ਜਾਂਚ ਹੋਰ ਵਸਤੂ ਹੈ, ਸੰਸਾਰ ਦੀਆਂ ਬਾਕੀਆਂ ਡਿਗਰੀਆਂ, ਬਾਕੀ ਵਿਦਿਆਵਾਂ ਹੋਰ ਵਸਤੂ ਹੈ। ਸੰਸਾਰ ਵਿੱਚ ਬਹੁਤ ਲੋਕ ਬੜੀਆਂ ਬੜੀਆਂ ਡਿਗਰੀਆਂ ਕਰਦੇ ਹਨ ਜੀਵਨ ਭਰ ਵਿੱਚ, ਪਰ ਇੱਕ ਡਿਗਰੀ ਹੋਰ ਵੀ ਹੈ, ਉਹ ਕੁਛ ਸੰਸਾਰ ਨਾਲੋਂ ਵੱਖਰੀ ਹੀ ਹੈ। ਆਤਮਾ ਬ੍ਰਹਮੇਤੀ ਨਿਸ਼ਚਿਤਉ ਭਾਵਾ ਭਾਵਉ ਚੈ ਕਲਪਤਉ ਕਿੰਗ ਜਾਣੇਤੀ ਕਿੰਗ ਬਰੂਤੇ ਚੈ ਕਰੋਤੀ ਕਿਮ। ਉਹ ਇਹ ਡਿਗਰੀ ਹੈ ਜਿਹੜੀ ਸੁਪਰਲੇਟਿਵ ਹੈ, ਜਿਸ ਦੇ ਉੱਪਰ ਕੋਈ ਡਿਗਰੀ ਨਹੀਂ ਹੈ। ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ ਉਹਨਾਂ ਨੇ ਇਹ ਡਿਗਰੀ ਪਾਸ ਕੀਤੀ ਹੋਈ ਸੀ, ਇਸ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਬਚਨ ਮੰਨਣ ਦਾ ਯਤਨ ਕਰਦੇ ਸੀ ਕਿ ਇਸ ਦੀ ਸਾਨੂੰ ਵੀ ਸੋਝੀ ਪੈ ਜਾਏ। ਆਤਮਾ ਬ੍ਰਹਮੇਤੀ ਨਿਸ਼ਚਿਤ ਹੋ, ਆਪਣੇ ਆਤਮਾ ਨੂੰ ਬ੍ਰਹਮ ਰੂਪ ਕਰਕੇ
ਜਾਣ ਲਿਆ, ਜਿਨ੍ਹਾਂ ਨੇ ਜਾਣ ਲਿਆ ਇਹ ਡਿਗਰੀ ਕਰ ਲਈ, ਇਹ ਤਲੀਮ ਹਾਸਿਲ ਹੋ ਗਈ। ਭਾਵਾਂ ਇਹ ਸਭ ਤੋਂ ਉੱਚੀ ਤਲੀਮ ਹੈ ਸੰਸਾਰ ਦੀ, ਫਿਰ ਕੀ ਹੋ ਜਾਂਦਾ, ਫਿਰ ਤਬਦੀਲੀ ਆਉਂਦੀ ਹੈ ਸਰੀਰ ਵਿੱਚ। ਭਾਵਾ ਭਾਵਉ ਚੈ ਕਲਪਤਉ, ਸੰਸਾਰ ਦਾ ਹੋਣਾ ਅਤੇ ਸੰਸਾਰ ਦਾ ਨਾ ਹੋਣਾ ਸਿਰਫ ਕਲਪਨਾ ਮਾਤਰ ਰਹਿ ਜਾਂਦਾ ਹੈ। ਸੰਸਾਰ ਦੇ ਜਿਤਨੇ ਦੁੱਖ ਦਰਦ ਝਗੜੇ ਝਾਟੇ ਪ੍ਰਤੀਤੀ ਮਾਤਰ ਹੀ ਰਹਿ ਜਾਂਦੇ ਹਨ। ਜਿਤਨੇ ਦੁੱਖ ਹਨ ਸੰਪੂਰਨ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ, ਫਿਰ ਲਾਭ ਕੀ ਹੁੰਦਾ ਹੈ ਇਸਦਾ। ਕਿੰਗ ਬਜਾ ਨਾਤੀ ਕਿੰਗ ਬਰੂਤੇ ਚੈ ਕਰੋਤੀ ਕਿੰਮ, ਫਿਰ ਸੰਸਾਰ ਵਿੱਚ ਐਸਾ ਕੋਈ ਜਾਣਨ ਵਾਲੀ ਵਸਤੂ ਨਹੀਂ ਰਹਿ ਜਾਂਦੀ ਸੰਸਾਰ ਵਿੱਚ ਜੋ ਬਾਕੀ ਰਹਿ ਜਾਏ। ਕਿਤਨਾ ਜੀਵਨ ਭਰ ਅਸੀਂ ਦੁਨੀਆਂ ਦੀਆਂ ਵਿਦਿਆਵਾਂ ਪੜ੍ਹਦੇ ਰਹੀਏ ਪਰ ਸੰਪੂਰਨ ਨਹੀਂ ਪੜ੍ਹ ਸਕਦੇ। ਇਹੀ ਇੱਕ ਐਸੀ ਵਿੱਦਿਆ ਹੈ ਜਿਸ ਨੂੰ ਜਾਣ ਕੇ ਬਾਕੀ ਕੁਛ ਕਰਨਾ ਰਹਿ ਨਹੀਂ ਜਾਂਦਾ। ਕਿੰਗ ਬਜਾਨਾਤੀ, ਐਸੀ ਕਿਹੜੀ ਵਿੱਦਿਆ ਰਹਿ ਜਾਂਦੀ ਹੈ ਜਿਹੜੀ ਫਿਰ ਜ਼ਰੂਰਤ ਪਵੇ ਉਸ ਨੂੰ ਜਾਣਨ ਦੀ? ਕੋਈ ਵੀ ਨਹੀਂ ਰਹਿ ਜਾਂਦੀ। ਕਿੰਗ ਬਰੂਤੇ, ਸੰਸਾਰ ਵਿੱਚ ਕਹਿਣ ਜੋ ਗੱਲ ਬਾਕੀ ਦੁਨੀਆਂ ਵਿੱਚ ਕੋਈ ਰਹਿ ਨਹੀਂ ਜਾਂਦੀ। ਕਹਿੰਦੇ ਨੇ ਟੈਗੋਰ ਨੂੰ ਕਿਸੇ ਨੇ ਪੁੱਛਿਆ ਸੀ ਵੀ ਤੁਸੀਂ ਸੰਸਾਰ ਵਿੱਚ ਬਹੁਤ ਸਾਰਾ ਕੁਛ ਲਿਖ ਦਿੱਤਾ ਹੈ, ਤੁਹਾਡੇ ਗੀਤਾਂ ਨੂੰ ਬਹੁਤ ਰਾਸ਼ਟਰੀ ਗੀਤਾਂ ਦਾ ਮਾਣ ਮਿਲਿਆ ਹੈ, ਤੁਸੀਂ ਬੜਾ ਕੁਛ ਕਹਿ ਦਿੱਤਾ ਸੰਸਾਰ ਵਿੱਚ, ਖੁਸ਼ ਜਾ ਰਹੇ ਹੋਗੇ ਸੰਸਾਰ ਤੋਂ ਹੁਣ? ਕਹਿਣ ਲੱਗਾ ਨਹੀਂ, ਜੋ ਮੈਂ ਕਹਿਣਾ ਚਾਹੁੰਦਾ ਸੀ ਮੈਂ ਕਹੀ ਨਹੀਂ ਸਕਿਆ। ਜੋ ਮੈਂ ਚਾਹੁੰਦਾ ਸੀ ਕਿ ਕਹਿ ਸਕਾਂ ਜਾਂ ਜਾਣ ਸਕਾਂ, ਉਸਨੂੰ ਜਾਣ ਵੀ ਨਹੀਂ ਸਕਿਆ ਅਤੇ ਕਹਿ ਵੀ ਨਹੀਂ ਸਕਿਆ। ਫਿਰ ਉਹ ਜਿਹੜਾ ਇਸ ਵਿੱਦਿਆ ਨੂੰ ਜਾਣ ਲੈਂਦਾ ਹੈ, ਫਿਰ ਕਿੰਗ ਬਰੂਤੇ, ਫਿਰ ਕਿਹੜਾ ਕੁਛ ਉਹਦੇ ਕਹਿਣ ਨੂੰ ਰਹਿ ਜਾਂਦਾ? ਉਹਨੇ ਸਾਰਾ ਕੁਛ ਹੀ ਮਾਨੋ ਕਹਿ ਦਿੱਤਾ। ਕਿੰਗ ਬਜਾਨਯਤੀ ਕਿੰਗ ਬਰੂਤੇ ਚੈ ਕਰੋਤੀ ਕਿੰਮ, ਫਿਰ ਕਰਨ ਵਾਲਾ ਕੰਮ ਸੰਸਾਰ ਵਿੱਚ ਉਹਦੇ ਕਿਹੜਾ ਰਹਿ ਗਿਆ? ਫਿਰ ਕੋਈ ਵੀ ਨਹੀਂ ਕੰਮ ਰਿਹਾ। ਭਾਵ ਉਹਨੇ ਸੰਪੂਰਨ ਕੰਮ ਕਰ ਲਵੇ, ਬਾਕੀ ਕੰਮ ਬਚਦਾ ਉਸ ਪਾਸੋਂ ਕੋਈ ਰਹਿ ਨਹੀਂ ਸਕਿਆ। ਇਹ ਇੱਕ ਐਸੀ ਵਿੱਦਿਆ ਹੈ, ਇਸੀ ਲਈ ਆਪਾਂ ਸਤਿਪੁਰਸ਼ਾਂ ਦਾ ਜੀਵਨ ਮਨਾਉਂਦੇ ਹਾਂ, ਯਾਦ ਮਨਾਉਂਦੇ ਹਾਂ ਕਿ ਉਹ ਢੰਗ ਉਹ ਤਕਨੀਕ ਸਾਨੂੰ ਵੀ ਆ ਜਾਵੇ, ਅਸੀਂ ਵੀ ਉਹ ਵਿੱਦਿਆ ਨੂੰ ਜਾਣ ਲਈਏ ਤਾਂ ਕਿ ਸਾਡੇ ਵੀ ਸੰਪੂਰਨ ਦੁੱਖ ਜਿਹੜੇ ਹੈ ਉਹ ਮਿਟ ਜਾਣ, ਅਸਾਂ ਪਰਮ ਸੁਖੀ ਹੋ ਜਾਈਏ। ਐਸੇ ਸਾਧੂ ਦੀ ਆਪਾਂ ਇੱਕ ਗੱਲ ਕਰਕੇ ਸਮਾਪਤੀ ਕਰ ਦਿੰਦੇ ਹਾਂ ਕਿਉਂਕਿ ਸਮਾਂ ਤਾਂ ਹੋ ਹੀ ਗਿਆ ਹੈ। ਦੋ ਸਿੰਘ ਸੀ ਡੇਰੇ ਵਿੱਚ, ਇੱਕ ਸ਼ੇਰ ਸਿੰਘ ਲੋਹਟਵੱਦੀ
ਬੜੀ ਕਮਾਈ ਵਾਲਾ ਸਾਧੂ ਸੀ, ਸਾਰੀ ਸਾਰੀ ਰਾਤ ਇੱਕੇ ਚੌਂਕੜੇ 'ਚ ਬੈਠ ਜਾਂਦਾ ਸੀ। ਉਹਨੂੰ ਸੰਤ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ 3 ਕੁ ਮਹੀਨੇ ਪਹਿਲਾਂ ਮੇਰੇ ਨਾਲੋਂ ਟਾਈਮ ਦਿੱਤਾ, ਕਹਿਣ ਲੱਗੇ ਵੀ ਤੂੰ 8 ਤੋਂ 10 ਵਜੇ ਤੱਕ ਮੇਰੇ ਇਕੱਲੇ ਕੋਲ ਆ ਜਾਇਆ ਕਰ, ਤੂੰ ਹੰਕਾਰ ਨਾ ਜਾਈ ਕਿ ਮੇਰੀ ਤਾਂ ਉਮਰ ਵੀ ਥੋੜ੍ਹੀ ਹੈ, 40-40, 50-50 ਸਾਲ ਦੇ ਸਿੰਘ ਰਹਿੰਦੇ ਹਨ, ਕੋਈ ਭੋਰੇ ਸਾਹਿਬ 'ਚ ਜਾ ਨਹੀਂ ਸਕਦਾ, ਤੈਨੂੰ 3 ਜਨਮ ਹੋ ਗਏ ਮੇਰੀ ਸੇਵਾ ਕਰਦੇ ਨੂੰ। ਉਦੋਂ 2-3 ਮਹੀਨੇ ਬਾਅਦ ਵਿੱਚ ਇੱਕ ਦਿਨ ਦਾਸ ਨੂੰ ਉਹਨਾਂ ਸਤਿਪੁਰਸ਼ਾਂ ਨੇ ਕਿਹਾ, ਕਹਿੰਦੇ ਇਹਦੇ ਨਾਲ ਤੂੰ ਵੀ ਆ ਜਾਈ ਅੱਜ। ਬੜੀ ਖੁਸ਼ੀ ਹੋਈ। ਉਹ ਸਾਧੂ ਕੁਛ ਵਿਲੱਖਣ ਹੀ ਸੀ। ਆਹ ਗੱਲ ਮੇਰੇ ਅੱਖਾਂ ਦੇ ਦੇਖਣ ਦੇ ਸਾਹਮਣੇ ਦੀ ਹੈ, ਮੈਂ ਆਪ ਜੀ ਨੂੰ ਅੱਗੇ ਵੀ ਇੱਕ ਵਾਰ ਦੱਸੀ ਸੀ। 1 ਮਹੀਨੇ ਦੇ ਦੀਵਾਨ ਦਿੱਲੀ ਹੁੰਦੇ ਸਨ, ਸਰਦਾਰ ਕੋਕੇ ਕੋਲੇ ਵਾਲਿਆਂ ਦੇ ਘਰ ਉਹਨਾਂ ਦੀ ਰਿਹਾਇਸ਼ ਹੁੰਦੀ ਸੀ। ਕੋਕੇ ਕੋਲੇ ਵਾਲੇ ਸਰਦਾਰਾਂ ਨਾਲ ਪੰਡਿਤ ਨਹਿਰੂ ਦੀ ਬਹੁਤ ਨੇੜਤਾ ਸੀ, ਪਿੱਛੋਂ ਫਿਰ ਇੰਦਰਾ ਦੀ ਵੀ ਬਹੁਤ ਨੇੜਤਾ ਰਹੀ ਹੈ। ਇੰਦਰਾ ਨੇ ਕੋਕੇ ਕੋਲੇ ਵਾਲੇ ਸਰਦਾਰ ਚਰਨਜੀਤ ਸਿੰਘ ਅਤੇ ਦਿਲਜੀਤ ਸਿੰਘ ਨੂੰ ਕਿਹਾ ਕਿ ਮੈਨੂੰ ਪਤਾ ਇਹ ਬਹੁਤ ਬੇਪਰਵਾਹ ਸਾਧੂ ਹੈ, ਨਾ ਕਿਸੇ ਰਾਜੇ ਦੀ ਨਾ ਕਿਸੇ ਰਾਣੇ ਦੀ ਪਰਵਾਹ ਨਹੀਂ ਕਰਦੇ ਹਨ, ਮੈਂ 5 ਮਿੰਟ ਇਹਨਾਂ ਨਾਲ ਇਕੱਲਿਆਂ ਨਾਲ ਗੱਲ ਕਰਨੀ ਹੈ, ਮੈਨੂੰ ਇਕੱਲਿਆਂ ਨੂੰ ਟਾਈਮ ਦੇ ਦੇਣ। ਪਰ ਮੈਨੂੰ ਪਤਾ ਇਹਨਾਂ ਦਾ ਟਾਈਮ ਆਪਣੀ ਮਰਜ਼ੀ ਦਾ ਹੁੰਦਾ, ਜਿਹੜਾ ਟਾਈਮ ਦੇਣਗੇ ਮੈਂ ਉਹੀ ਟਾਈਮ ਕੱਢ ਕੇ ਪਹੁੰਚ ਜਾਵਾਂਗੀ। ਉਸ ਸਮੇਂ ਮੈਂ ਕੋਲੇ ਬੈਠਾ ਸੀ ਜਦ ਉਹਨੇ ਬੇਨਤੀ ਕੀਤੀ, ਸਰਦਾਰ ਚਰਨਜੀਤ ਸਿੰਘ ਨੇ ਕਹਿਣ ਲੱਗਿਆ, ਮਹਾਰਾਜ ਇੰਦਰਾ ਨੇ ਬੇਨਤੀ ਕੀਤੀ ਹੈ ਕਿ 5 ਮਿੰਟ ਮੈਨੂੰ ਇਕੱਲੀ ਨੂੰ ਸਮਾਂ ਬਖਸ਼ਿਸ਼ ਕਰ ਦੇਣ, ਅਤੇ ਜਿਹੜਾ ਸਮਾਂ ਦੇਣਗੇ ਮੈਂ ਉਸੀ ਸਮੇਂ ਪਹੁੰਚ ਜਾਵਾਂਗੀ, ਮੈਨੂੰ ਪਤਾ ਉਹ ਬੇਪਰਵਾਹ ਸਦਾ ਰੰਗ ਹਰਕ ਹੈ। ਸੰਤ ਮਹਾਰਾਜ ਜੀ ਥੋੜ੍ਹੇ ਹੱਸ ਪਏ, ਪੜ੍ਹ ਲਓ। ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸਵਾਮੀ ਜੀ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸਵਾਮੀ ਜੀ, ਰੰਗ ਹਰ ਕੇ ਜਾਕੋ ਪਾਕ ਸਵਾਮੀ ਜੀ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸਵਾਮੀ ਜੀ। ਸਰਦਾਰ ਜੀ ਮੇਰੇ 5 ਮਿੰਟ ਜਿਹੜੇ ਹਨ ਮੈਂ ਕਿਸੇ ਗਰੀਬ ਨੂੰ ਦਊਂਗਾ, ਉਹਦਾ ਜੀਵਨ ਪਲਟ ਜਾਏਗਾ,
ਮੇਰੇ 5 ਮਿੰਟ ਖਰਾਬ ਕਰਨ ਵਾਸਤੇ ਮੈਂ ਇੰਦਰਾ ਗਾਂਧੀ ਨੂੰ ਨਹੀਂ ਦੇ ਸਕਦਾ। ਮੈਨੂੰ ਪਤਾ ਉਹ ਕਿਸ ਵਾਸਤੇ ਆ ਰਹੀ ਹੈ, ਆਪਣੇ ਸਵਾਰਥ ਲਈ, ਅਤੇ ਉਹਨੇ ਆਪਣੇ ਜਨਮ ਨੂੰ ਸੁਧਾਰਨਾ ਨਹੀਂ ਜਿਸ ਢੰਗ ਨਾਲ ਮੈਂ ਸੁਧਾਰਨ ਲਈ ਸੋਚਦਾ। ਮੈਂ ਉਹੀ 5 ਮਿੰਟ ਕਿਸੇ ਗਰੀਬ ਨੂੰ ਦੇ ਦੇਵਾਂਗਾ, ਉਸਦਾ ਜਿਹੜਾ ਜੀਵਨ ਹੈ ਉਹ ਉੱਚਾਈ ਵੱਲ ਚਲਿਆ ਜਾਏਗਾ। ਇਸ ਲਈ ਮੇਰੇ ਹੁੰਦੇ ਤਾਂ ਉਸਨੂੰ ਘਰ ਨਾ ਲੈ ਕੇ ਆਈ, ਫਿਰ ਕਹੇਗਾ ਹੱਦ ਕੁ ਹੋ ਗਈ, ਮੈਂ ਆਪਦੇ ਕਮਰੇ 'ਚ ਨਹੀਂ ਵੜਨ ਦੇਣਾ ਉਸਨੂੰ। ਕਹਿਣਾ ਸੌਖਾ ਹੈ, ਇੰਦਰਾ ਵਰਗੀ ਜਿਸਨੂੰ ਵਿਦੇਸ਼ੀ ਲੋਕ ਲੋਹੇ ਦੀ ਔਰਤ ਕਹਿੰਦੇ ਸਨ, ਇੱਕ ਸਾਧੂ ਦਾ ਕਹਿ ਦੇਣਾ ਐਡੀ ਵੱਡੀ ਗੱਲ ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ। ਬਸ ਦੋ ਵਾਰੀ ਪੜ੍ਹਿਆ। ਜਿਹੜੇ ਨਿਰਦਾਵੇ ਨੇ ਦਿਨ ਕੱਟ ਦੇ, ਇੰਦਰ ਨੂੰ ਕੰਗਾਲ ਜਾਣ ਦੇ। ਨਿਰਦਾਵੇ ਨੇ ਦਿਨ ਕੱਟ ਦੇ, ਇੰਦਰ ਨੂੰ ਕੰਗਾਲ ਜਾਣ ਦੇ। ਆਗਿਆ ਮਿਲੀ ਸੀ 8 ਤੋਂ 10 ਵਜੇ ਤੱਕ। ਫਿਰ ਇੱਕ ਦਿਨ ਮੈਨੂੰ ਵੀ ਕਹਿ ਦਿੱਤਾ, ਤੂੰ ਵੀ ਇਹਦੇ ਨਾਲ ਅੱਜ ਆ ਜਾਈ ਬਈ। ਮੈਨੂੰ ਵੀ ਬੜੀ ਖੁਸ਼ੀ ਹੋਈ। ਜਿੱਥੇ ਇੰਦਰਾ ਵਰਗੀ ਨੂੰ ਸਮਾਂ ਨਹੀਂ ਸੀ ਮਿਲਦਾ, ਉੱਥੇ ਇਕਾਂਤ ਵਿੱਚ ਸਮਾਂ ਮਿਲ ਜਾਏ ਤਾਂ ਬਹੁਤ ਵੱਡੀ ਗੱਲ ਸੀ। ਮੈਂ ਚਲਿਆ ਗਿਆ। ਮੈਨੂੰ ਪਹਿਲੇ ਦਿਨ ਕਹਿਣ ਲੱਗੇ, ਤੂੰ ਹੰਕਾਰ ਨਾ ਜਾਈਂ, ਤੇਰੀ ਉਮਰ ਵੀ ਥੋੜ੍ਹੀ ਹੈ। ਉਦੋਂ ਮੇਰੀ ਉਮਰ ਥੋੜ੍ਹੀ ਸੀ। ਕਹਿ ਸਾਡੇ ਪਾਸ 40-40, 50-50 ਸਾਲ ਦੇ ਸਿੰਘ ਰਹਿੰਦੇ ਨੇ, ਕਿਸੇ ਨੂੰ ਸਾਡੇ ਅਰਦਲੀ ਨੂੰ ਵੀ ਥੱਲੇ ਭੋਰੇਸ ਦੇ ਅੰਦਰ ਆਉਣ ਦੀ ਆਗਿਆ ਨਹੀਂ ਹੈ। ਤੈਨੂੰ ਇਸ ਲਈ ਟਾਈਮ ਦਿੱਤਾ ਜਾ ਰਿਹਾ, ਤੈਨੂੰ 6 ਜਨਮ ਹੋ ਗਏ ਮੇਰੀ ਸੇਵਾ ਕਰਦੇ ਨੂੰ,
6 ਜਨਮ ਦੀ ਸੇਵਾ ਦਾ ਮੁਆਵਜ਼ਾ ਮੋੜਨ ਵਾਸਤੇ ਤੈਨੂੰ ਥੱਲੇ ਟਾਈਮ ਦਿੱਤਾ। ਮੈਨੂੰ ਕਹਿੰਦੇ ਬਈ ਇੱਕ ਗੱਲ ਦਾ ਧਿਆਨ ਰੱਖੀ, ਥੱਲੇ ਸੰਸਾਰ ਨਹੀਂ ਹੈ, ਪਰਮੇਸ਼ਰ ਹੀ ਹੈ। ਥੱਲੇ ਦੁਨੀਆਂ ਦੀ ਕੋਈ ਗੱਲ ਨਾ ਕਰੀ ਮੇਰੇ ਨਾਲ, ਇਸੇ ਲਈ ਤੈਨੂੰ ਟਾਈਮ ਦਿੱਤਾ। ਤੂੰ ਪੁੱਛ ਸਕਦਾ ਪਰਮੇਸ਼ਰ ਦਾ ਕੀ ਸਰੂਪ ਹੈ, ਰੱਬ ਦੀ ਰਿਐਲਿਟੀ ਕੀ ਹੈ, ਜੀਵ ਦੀ ਰਿਐਲਿਟੀ ਕੀ ਹੈ। ਰੱਬ ਦਾ ਅਤੇ ਜੀਵ ਦਾ ਆਪਸ ਵਿੱਚ ਸੰਬੰਧ ਕੀ ਹੈ, ਤੂੰ ਇੱਦਾਂ ਦੀਆਂ ਗੱਲਾਂ ਮੈਨੂੰ ਪੁੱਛ ਸਕਦਾ। ਇਸ ਲਈ ਸਮਾਂ ਦਿੱਤਾ ਤੈਨੂੰ ਥੱਲੇ 6 ਜਨਮ ਦੀ ਤੇਰੀ ਸੇਵਾ ਦਾ ਮੁਆਵਜ਼ਾ ਪੂਰਾ ਮੋੜਨ ਵਾਸਤੇ। ਪੁੱਛ ਸਕਦਾ ਤੂੰ ਉਸਦਾ ਗਿਆਨ ਕਿਵੇਂ ਹੁੰਦਾ ਹੈ, ਉਸਨੂੰ ਜਾਣਿਆ ਕਿਵੇਂ ਜਾਂਦਾ ਹੈ, ਉਸਨੂੰ ਜਾਣ ਕੇ ਤਬਦੀਲੀ ਕੀ ਆਉਂਦੀ ਹੈ, ਪਰਖ ਕੀ ਹੈ ਵੀ ਉਹਦੀ ਸਮਝ ਪੈ ਗਈ ਗੱਲ ਦੀ। ਮਨ ਕਿਵੇਂ ਰੋਕਣਾ, ਮਨ ਕੀ ਵਸਤੂ ਹੈ, ਮਨ ਕੀ ਵਸਤੂ ਦਾ ਬਣਿਆ ਹੋਇਆ ਹੈ, ਮਨ ਦੀ ਅਸਲੀਅਤ ਕੀ ਹੈ, ਇਸ ਲਈ ਪੁੱਛ ਸਕਦਾ ਹੈ। ਮਨ ਰੋਕਿਆ ਕਿਵੇਂ ਜਾ ਸਕਦਾ ਹੈ, ਇਸ ਲਈ ਪੁੱਛ ਸਕਦਾ ਹੈ। ਇਸ ਲਈ ਤੈਨੂੰ ਥੱਲੇ ਸਮਾਂ ਦਿੱਤਾ ਹੈ। ਔਰ ਬਾਕੀ ਕੋਈ ਜੇ ਦੋ ਸਿੰਘ ਲੜਕੇ ਰਾੜੇ ਸਾਹਿਬ ਦੇ ਇੱਥੇ ਮਰ ਜਾਣ, ਮੈਨੂੰ ਥੱਲੇ ਆ ਕੇ ਨਹੀਂ ਦੱਸਣਾ ਵੀ ਦੋ ਆਦਮੀ ਲੜਕੇ ਮਰ ਗਏ। ਥੱਲੇ ਸੰਸਾਰ ਨਹੀਂ ਹੈ, ਪਰਮੇਸ਼ਰ ਹੀ ਹੈ। ਉਹ ਸਮਾਂ 10-12 ਸਾਲ ਤੱਕ ਦਾਸ ਨੂੰ ਮਿਲਦਾ ਰਿਹਾ। ਪਹਿਲੇ ਦਿਨ ਮਹਾਰਾਜ ਨੇ ਇੱਕ ਗੱਲ ਕਹੀ ਸੀ, ਜਿਸ ਨੂੰ ਫਲੂ ਹੋ ਜਾਏ ਉਨੇ ਦਿਨ ਮੇਰੇ ਨੇੜੇ ਨਾ ਆਇਓ, ਮੈਨੂੰ ਇਸ ਤੋਂ ਐਲਰਜੀ ਹੈ। ਅਤੇ ਮੈਨੂੰ ਉਨੇ ਦਿਨ ਕਦੇ ਨਾ ਫਲੂ, ਨਾ ਬੁਖਾਰ, ਨਾ ਕੁਛ ਹੋਇਆ, ਨਾ ਕਦੇ ਇੱਕ ਦਿਨ ਨਾਗਾ ਪਿਆ। ਪਰਮੇਸ਼ਰ ਦੀ ਕਿਰਪਾ ਰਹੀ। ਇੰਗਲੈਂਡ ਵਿੱਚ ਵੀ ਮਹਾਰਾਜ ਜੀ ਨੇ ਮੈਨੂੰ ਸਰੀਰ ਛੱਡਣ ਤੋਂ ਪਹਿਲਾਂ ਬੁਲਾ ਲਿਆ ਸੀ, ਉੱਥੇ ਵੀ ਇਹ ਸਮਾਂ ਬਖਸ਼ਿਸ਼ ਕਰਦੇ ਰਹੇ ਸੀ ਇੰਗਲੈਂਡ ਵਿੱਚ ਵੀ। ਅਤੇ ਇੱਕ ਦਿਨ ਰਾਤ ਦੇ 9 ਵਜੇ 1975 ਦੀ ਗੱਲ ਹੈ, ਆਹ ਬੇਨਤੀ ਕਰਕੇ ਫਿਰ ਆਪ ਜੀ ਤੋਂ ਖਿਮਾ ਮੰਗਦਾ ਹਾਂ। ਉਹਨਾਂ ਦਾ ਸੇਵਕ ਇੱਕ ਹਾਪੜ ਦਾ ਸੁੱਚਾ ਸਿੰਘ, ਸਹਾਰਾ ਸਿਲਾਈ ਮਸ਼ੀਨ ਵੀ ਹੈ ਉਹਨਾਂ ਦੀ, ਉਹ ਰਾਤ ਦੇ 9 ਵਜੇ ਆਏ। ਰਾਤ ਦੇ 9 ਵਜੇ ਇੱਕ ਦਾਸ, ਇੱਕ ਸ਼ੇਰ ਸਿੰਘ, ਅਸੀਂ ਦੋਨੋਂ ਮਹਾਰਾਜ ਦੇ ਥੱਲੇ ਚਰਨਾਂ 'ਚ ਬੈਠੇ ਸੀ। ਸਾਰੇ ਡੇਰੇ 'ਚੋਂ ਸਿਰਫ ਦੋ ਸਿੰਘਾਂ ਨੂੰ ਆਗਿਆ ਮਿਲੀ ਸੀ ਥੱਲੇ ਜਾਣ ਦੀ। ਅਤੇ ਇੰਨਾ ਇਕਾਂਤ 8 ਤੋਂ 10 ਵਜੇ ਤੱਕ ਇਕੱਲੇ ਮਹਾਰਾਜ ਜੀ ਨਾਲ ਬਚਨ। ਅਤੇ ਅਰਦਲੀ ਪਾਸ ਉਹਨੇ ਬੇਨਤੀ ਕੀਤੀ ਵੀ ਅਸੀਂ ਦਿੱਲੀ ਤੋਂ ਆਏ ਹਾਂ, ਹੁਣੇ ਦਿੱਲੀ ਵਾਪਸ ਚਲੇ ਜਾਣਾ ਹੈ, ਕੋਈ ਬਹੁਤ ਐਮਰਜੈਂਸੀ ਬਚਨ ਹੈ ਮਹਾਰਾਜ ਜੀ ਨਾਲ ਕਰਨਾ ਹੈ, ਅਤੇ ਸਾਨੂੰ ਆਗਿਆ ਲੈ ਦਿਓ। ਅਰਦਲੀ ਡਰਦਾ ਡਰਦਾ ਆਇਆ, ਹੁਕਮ ਨਹੀਂ ਸੀ ਥੱਲੇ ਆਉਣ ਦਾ। ਉਸਨੇ ਦੱਸਿਆ, ਮਹਾਰਾਜ ਮੈਂ ਤਾਂ ਆਇਆ ਹਾਂ, ਹਾਪੜ ਤੋਂ ਸੁੱਚਾ ਸਿੰਘ ਆਇਆ ਹੈ। ਅਤੇ ਕਹਿਣ ਲੱਗੇ, ਚੰਗਾ ਲਿਆ। ਮੇਰੇ ਨਾਲ ਦਾ ਸ਼ੇਰ ਸਿੰਘ ਸੀ, ਉਹ ਕਹਿੰਦਾ ਮਹਾਰਾਜ ਕੋਈ ਖਾਸ ਗੱਲ ਹੋਣੀ ਹੈ, ਅਸੀਂ ਉੱਪਰ ਚਲੇ ਜਾਂਦੇ ਹਾਂ। ਕਹਿੰਦੇ ਨਹੀਂ, ਬੈਠੇ ਰਹੋ, ਕੁਛ ਨਹੀਂ ਹੁੰਦਾ। ਅਸੀਂ ਬੈਠੇ ਰਹੇ। ਜਦ ਨੂੰ ਉਹ ਦੋਨੋਂ ਆ ਗਏ, ਇੱਕ ਸੁੱਚਾ ਸਿੰਘ, ਇੱਕ ਉਹਦਾ ਸਾਡੂ ਬੰਤਾ ਸਿੰਘ, ਉਹਨਾਂ ਨੇ ਦੱਸਿਆ ਮਹਾਰਾਜ
ਬੰਤਾ ਸਿੰਘ ਮੇਰਾ ਸਾਢੂ ਹੈ, ਇਸਦੇ ਪਿਛਲੀ ਉਮਰ ਵਿੱਚ ਇੱਕ ਲੜਕਾ ਹੋਇਆ ਸੀ, ਉਹਦਾ ਨਾਂ ਸੀ ਕਰਮ ਸਿੰਘ ਮਹਾਰਾਜ। ਹੁਣ ਉਸਦੀ 27 ਸਾਲ ਦੀ ਉਮਰ ਵਿੱਚ ਸੀ। ਉਹ ਹਾਪੜ ਤੋਂ ਦਿੱਲੀ ਨੂੰ ਸਕੂਟਰ 'ਤੇ ਜਾ ਰਿਹਾ ਸੀ। ਰਸਤੇ ਵਿੱਚ ਉਸਦੇ ਮੂਹਰਲੇ ਚੱਕੇ ਦਾ ਕੋਈ ਪੜਾਕਾ ਪੈ ਗਿਆ, ਚੱਕਾ ਬ੍ਰਸ਼ਟ ਹੋ ਗਿਆ ਅਤੇ ਰੋਡ ਦੇ ਇੱਕ ਪਾਸੇ ਸੂਏ ਦੀ ਸੈਂਫਲ ਪੁਲੀ ਜਿਹੀ ਸੀ, ਉਹਦੇ 'ਚ ਸਿਰ ਲੱਗਿਆ, ਇਸਦਾ ਸਿਰ ਪਾਟ ਗਿਆ। ਦਿੱਲੀ ਦੇ ਇੱਕ ਹੋਸਪਿਟਲ ਵਿੱਚ ਉਸਨੇ ਦੱਸਿਆ, ਸ਼ਾਇਦ ਇਰਵਨ ਹੋਸਪਿਟਲ, ਉੱਥੇ ਦਾਖਲ ਕਰਾਇਆ ਹੈ ਅਤੇ 2 ਦਿਨ ਉਹਦਾ ਸਰੀਰ ਕੰਬਦਾ ਰਿਹਾ ਅਤੇ ਅੱਜ ਉਹ ਇੱਕਦਮ ਕੰਬਣੋਂ ਹਟ ਗਿਆ ਅਤੇ ਸਰੀਰ ਐਂ ਹੋ ਗਿਆ ਜਿਵੇਂ ਮਰਿਆ ਹੋਇਆ ਹੁੰਦਾ ਹੈ ਅਤੇ ਡਾਕਟਰਾਂ ਨੇ ਫੈਸਲਾ ਦਿੱਤਾ ਇਸਦਾ ਬ੍ਰੇਨ ਪਾਟ ਚੁੱਕਾ ਹੈ। ਇਹ ਤਾਂ ਹਿੰਦੁਸਤਾਨ ਵਿੱਚ ਹੈ, ਜੇ ਅਮੈਰੀਕਾ ਵਰਗੇ ਦੇਸ਼ ਵਿੱਚ ਹੁੰਦਾ ਉੱਥੇ ਵੀ ਇਸਨੂੰ ਕੋਈ ਰਾਜ਼ੀ ਨਹੀਂ ਸੀ ਕਰ ਸਕਦਾ। ਬ੍ਰੇਨ ਪਾਟੇ ਹੋਏ ਦਾ ਕੋਈ ਇਲਾਜ ਨਹੀਂ ਹੈ। ਇਹ ਗੱਲ ਸੁਣ ਕੇ ਉਸਦੀ ਮਾਂ ਭਾਗਵੰਤੀ, ਜਿਸਦਾ ਨਾਂ ਸੀ, ਅੰਨੀ ਹੋ ਗਈ, ਨਿਗਾਹ ਚਲੀ ਗਈ ਸੁਣਨ ਸਾਰ ਹੀ। ਮਾਵਾਂ ਨੂੰ ਪੁੱਤਰਾਂ ਦਾ ਪਿਆਰ ਇੰਨਾ ਹੀ ਹੁੰਦਾ। ਇੱਕੋ ਹੀ ਪੁੱਤਰ ਸੀ, ਬੁਢੇਪੇ ਦਾ ਸਹਾਰਾ। ਮਹਾਰਾਜ ਉਹ ਕੰਧਾਂ 'ਚ ਟੱਕਰਾਂ ਮਾਰਦੀ ਸੀ, ਉਸਨੂੰ ਪਕੜ ਕੇ ਅਸੀਂ ਇੱਥੇ ਲਿਆਏ ਹਾਂ ਵੀ ਸੰਤ ਮਹਾਰਾਜ ਜੀ ਕੁਛ ਸਮਝਾ ਦੇਣਗੇ, ਉਹ ਬਚ ਜਾਏਗੀ। ਕਿਤਨਾ ਕੁ ਚਿਰ ਉਸਨੂੰ ਫੜੀ ਰੱਖਾਂਗੇ ਅਸੀਂ, ਜਦ ਛੱਡਦੇ ਹਾਂ ਉਹ ਕੰਧਾਂ ਨਾਲ ਟੱਕਰਾਂ ਮਾਰਦੀ ਹੈ, ਕਹਿੰਦੀ ਮੈਂ ਮਰ ਜਾਵਾਂਗੀ, ਹੁਣ ਰਹਾਂਗੀ ਨਹੀਂ। ਹੁਣ ਉਸਨੂੰ ਲੈ ਕੇ ਆਏ ਹਾਂ ਪਾਤਸ਼ਾਹ। ਮਹਾਰਾਜ ਜੀ ਕਹਿਣ ਲੱਗੇ, ਗੁਰਮੁਖੋ, ਜਦ ਤੁਸੀਂ ਦਿੱਲੀ 'ਚੋਂ ਬਾਹਰ ਨਿਕਲੇ ਸੀ 11 ਵਜੇ, ਉਹਦੀ ਜਿਹੜੀ ਰੂਹ ਸੀ ਉਸ ਵਜੂਦ 'ਚੋਂ ਚਲੀ ਗਈ ਸੀ। ਪਰਮੇਸ਼ਰ ਦੀ ਰਜ਼ਾ ਹੈ, ਜੋ ਕੁਛ ਹੁੰਦਾ ਉਹਦੇ ਹੁਕਮ 'ਚ ਹੁੰਦਾ। ਤੁਸੀਂ ਇੱਕ ਮਿਸਰੀ ਦੀ ਡਲੀ ਦੇ ਦਿੱਤੀ ਹੈ, ਲੈ ਜਾਓ, ਪਾਣੀ 'ਚ ਘੋਲ ਕੇ ਉਸਦੇ ਮੂੰਹ ਵਿੱਚ ਪਾ ਦਿਓ, ਉਸਦਾ ਕੁਛ ਭਲਾ ਹੋ ਜਾਏਗਾ, ਜੋ ਭਾਣਾ ਸੀ ਵਰਤ ਚੁੱਕਿਆ। ਕਹਿਣ ਲੱਗੇ, ਮਹਾਰਾਜ ਸਾਨੂੰ ਤਾਂ ਆਪ ਜੀ 'ਤੇ ਵਿਸ਼ਵਾਸ ਹੈ, ਪਰ ਉਸਦਾ ਕੀ ਇਲਾਜ ਕਰੀਏ? ਭਗਵੰਤੀ ਉਸਦੀ ਮਾਂ ਦਾ, ਉਸਨੂੰ ਟਾਈਮ ਬਖਸ਼ੋ। ਕਹਿਣ ਲੱਗੇ, ਹੁਣ ਰਾਤ ਨੂੰ ਨਾ ਜਾਇਓ ਦਿੱਲੀ, 2-3 ਦਿਨ ਦੇ ਆਏ ਹੋ, ਐਕਸੀਡੈਂਟ ਹੋ ਜਾਣ ਦਾ ਡਰ ਹੈ, ਰਾਤ ਰਹੋ, ਜੋ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਕੱਲ੍ਹ 8 ਵਜੇ ਟਾਈਮ ਦੇ ਦੇਵਾਂਗੇ ਉਸ ਮਾਈ ਨੂੰ। 8 ਵਜੇ ਟਾਈਮ ਦੇ ਦਿੱਤਾ ਗਿਆ। 8 ਵਜੇ ਮੇਰੇ ਨਾਲ ਦਾ ਸਿੰਘ ਸੀ, ਜਿਹਦਾ ਨਾਂ ਸ਼ੇਰ ਸਿੰਘ ਸੀ, ਬੜਾ ਤਪਸਵੀ ਸਾਧੂ ਸੀ, ਸਾਰੀ ਸਾਰੀ ਰਾਤ ਇੱਕੇ ਚੌਂਕੜੇ ਵਿੱਚ ਬੈਠਾ ਰਹਿੰਦਾ ਸੀ। ਆ ਗੱਲ ਮੈਨੂੰ ਉਹਨੇ ਦੱਸੀ ਹੈ ਜਿਹੜੀ ਉਹਨੇ ਸੁਣੀ ਹੈ, ਕਿਉਂਕਿ ਉਸ ਟਾਈਮ ਉਹ ਕੋਲੇ ਸੀ, ਰਾਤ ਤਾਂ ਅਸੀਂ ਦੋਨੋਂ ਹੀ ਕੋਲੇ ਸੀ। ਰਾਤ ਨੂੰ 8 ਵਜੇ ਹੁਕਮ ਦੇ ਦਿੱਤਾ ਵੀ ਬੁਲਾ ਲਿਆਓ, ਉਸਨੂੰ ਬੁਲਾ ਲਿਆਂਦਾ ਗਿਆ। ਜਦ ਕੋਈ ਦੁੱਖ ਦਾ ਦਰਦ ਹੀ ਮਿਲ ਜਾਂਦਾ ਹੈ ਨਾ, ਫਿਰ ਦੁੱਖ ਕਈ ਗੁਣਾ ਵੱਧ ਜਾਂਦਾ। ਜੇ ਕੋਈ ਦੁੱਖ ਸੁਣਨ ਵਾਲਾ ਮਿਲ ਜਾਏ
ਫਿਰ ਦੁੱਖ ਕਿੰਨੇ ਗੁਣਾ ਵੱਧ ਜਾਂਦਾ ਹੈ। ਟੱਕਰਾਂ ਮਾਰਨੀਆਂ ਸ਼ੁਰੂ ਹੋ ਗਈਆਂ, ਰੋਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜਾਂ ਤਾਂ ਬਚਨ ਕਰ ਦਿਓ। ਉਹਦੇ ਹੱਥ ਫੜ ਕੇ ਮਹਾਰਾਜ ਦੇ ਚਰਨਾਂ ਨੂੰ ਲਵਾ ਦਿੱਤੇ। ਤੁਸੀਂ ਕਹਿ ਦਿਓ ਤੇਰੇ ਜਾਂਦੇ ਨੂੰ, ਜਾਂਦੀ ਨੂੰ ਬੋਲਦਾ ਬੋਲਣ ਲੱਗ ਜਾਏਗਾ, ਅਤੇ ਨਾ ਜਾਂ ਮੈਂ ਇੱਥੇ ਤੁਹਾਡੇ ਚਰਨਾਂ 'ਚ ਹੀ ਮਰ ਜਾਵਾਂਗੀ, ਜਿਉਂਦੀ ਨਹੀਂ ਵਾਪਸ ਜਾਵਾਂਗੀ। ਦਿਲੀ ਹੰਝੂ ਸੀ। ਜਿਹੜਾ ਅੰਦਰੋਂ ਰੋਣਾ ਹੁੰਦਾ ਹੈ ਉਹਦਾ ਅਸਰ ਬਹੁਤ ਜ਼ਿਆਦਾ ਪਿਆ ਕਰਦਾ। ਸੰਤ ਮਹਾਰਾਜ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਸਦੀਆਂ ਕੂਕਾਂ ਸੁਣ ਕੇ, ਰੋਣਾ ਸੁਣ ਕੇ। ਵਾਰ ਵਾਰ ਬੇਨਤੀਆਂ ਕਰਦੀ ਹੈ, ਮਹਾਰਾਜ ਮੈਂ ਜਿਉਂਦੀ ਨਹੀਂ ਜਾਵਾਂਗੀ, ਮੈਂ ਇੱਥੇ ਹੀ ਮਰ ਜਾਵਾਂਗੀ ਤੁਹਾਡੇ ਚਰਨਾਂ ਵਿੱਚ। ਜਾਂ ਬਚਨ ਕਰ ਦਿਓ ਤੇਰੇ ਜਾਂਦੀ ਨੂੰ ਉਹ ਬੋਲਣ ਲੱਗ ਜਾਏਗਾ, ਮੈਂ ਫਿਰ ਵਾਪਸ ਜਾਵਾਂਗੀ। ਪਤਾ ਨਹੀਂ ਮੌਜ ਹੁੰਦੀ ਹੈ ਸਾਧੂ ਦੀ। ਕਹਿਣ ਲੱਗੇ ਚੰਗਾ ਮਾਂ, ਜੇ ਤੇਰੀ ਭਾਵਨਾ ਹੈ ਤੇਰੇ ਜਾਂਦੀ ਨੂੰ ਉਹ ਬੋਲਣ ਲੱਗ ਜਾਏਗਾ, ਹੁਣ ਤੂੰ ਪਰਮੇਸ਼ਰ ਦਾ ਨਾਮ ਜਪਦੀ ਚਲੀ ਜਾ। ਪੜ੍ਹ ਲਓ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਸੰਤ ਮਹਾਰਾਜ ਜੀ ਦਾ ਟਾਈਮ ਰਾੜੇ ਸਾਹਿਬ ਵਾਲਿਆਂ ਦਾ ਤਾਂ ਆਪ ਜੀ ਸਾਰੇ ਜਾਣਦੇ ਹੋ। ਜਦੋਂ ਦੀਵਾਨ ਚ ਆਉਂਦੇ ਸੀ ਇੰਨੇ ਸਹੀ ਟਾਈਮ ਚ ਆਉਂਦੇ ਸੀ, ਲੋਕ ਆਪਣੀਆਂ ਘੜੀਆਂ ਮਿਲਾਉਂਦੇ ਹੁੰਦੇ ਸਨ ਕਿ ਇਹਨਾਂ ਦਾ ਟਾਈਮ ਕਦੇ ਗਲਤ ਨਹੀਂ, ਘੜੀ ਗਲਤ ਹੋ ਸਕਦੀ ਹੈ। 8:30 ਦਾ ਟਾਈਮ ਸੀ ਜਦੋਂ ਮਹਾਰਾਜ ਨੇ ਇਹ ਬਚਨ ਕੀਤਾ। ਮਾਈ ਖੁਸ਼ ਹੋ ਕੇ ਚਲੀ ਗਈ, ਪਹੁੰਚ ਗਏ ਉੱਥੇ ਹੋਸਪਿਟਲ ਵਿੱਚ ਖੁਸ਼ੀ ਖੁਸ਼ੀ। ਡਾਕਟਰਾਂ ਨੇ ਕਿਹਾ ਵੀ 8:30 ਦਾ ਟਾਈਮ ਸੀ, 11 ਇਸ ਦੀ ਮੌਤ ਹੋ ਗਈ ਸੀ। ਇਸਦੀ ਜਿਹੜੀ ਰੂਹ ਸੀ ਸਰੀਰ ਨੂੰ ਛੱਡ ਕੇ ਚਲੀ ਗਈ ਸੀ। 8:30 ਇੱਕ ਆਵਾਜ਼ ਹੋਈ ਬ੍ਰੇਨ ਵਿੱਚ, ਜਿਵੇਂ ਕੋਈ ਖੜਕਾ ਹੁੰਦਾ ਹੈ। ਆਪਣੇ ਆਪ ਸਾਰਾ ਬ੍ਰੇਨ ਜਿਹੜਾ ਸੀ ਜੁੜ ਗਿਆ। ਜਿਹੜਾ ਬ੍ਰੇਨ ਟੁੱਟਿਆ ਹੋਇਆ ਸੀ ਉਸ ਸੂਏ ਦੀ ਸੈਂਫਲ ਵਿੱਚ ਲੱਗ ਕੇ ਆਪਣੇ ਆਪ ਜੁੜ ਗਿਆ, ਸਾਹ ਆਉਣ ਲੱਗ ਗਏ, ਇਹ ਜਿਉਂਦਾ ਹੋ ਗਿਆ।
ਕਹਿੰਦੇ ਸਾਨੂੰ ਆਪ ਨਹੀਂ ਪਤਾ ਵੀ ਇਹ ਹੋਇਆ ਕਿਵੇਂ, ਅੱਜ ਤੱਕ ਕਦੇ ਅਸੀਂ ਸੋਚਿਆ ਨਹੀਂ ਹੈ ਵੀ ਦਿਮਾਗ ਇਤਨਾ ਫਟਿਆ ਹੋਇਆ ਕੋਈ ਜਿਉਂਦਾ ਹੋ ਸਕੇ, ਪਰ ਇਹ ਕੋਈ ਕ੍ਰਿਸ਼ਮਾ ਹੋਇਆ ਹੈ। ਉਹਨਾਂ ਨੇ ਤਾਂ ਬਚਨ ਸੁਣਿਆ ਹੀ ਸੀ। 15 ਕੁ ਦਿਨ ਬਾਅਦ ਉਹ ਠੀਕ ਹੋਣ ਤੋਂ ਬਾਅਦ ਉਹ ਰਾੜਾ ਸਾਹਿਬ ਆ ਗਿਆ। ਮੈਨੂੰ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਬਈ ਮੇਰਾ ਨਾਂ ਪਹਿਲੇ ਗੁਰਦਿਆਲ ਸਿੰਘ ਸੀ, ਉਹਨਾਂ ਨੇ ਦਾਸ ਦਾ ਨਾਮ ਭਗਵਾਨ ਜੀ ਰੱਖਿਆ ਸੀ, ਜਾਂ ਭਗਵਾਨ ਜਾਂ ਭਗਵਾਨ ਜੀ। ਮੈਂ ਆਪਣਾ ਨਾਂ ਭਗਵਾਨ ਸਿੰਘ ਹੀ ਲਿਖਣ ਲੱਗ ਗਿਆ, ਉਹਨਾਂ ਦਾ ਦਿੱਤਾ ਹੋਇਆ ਨਾਮ ਮੈਨੂੰ ਜ਼ਿਆਦਾ ਪਿਆਰਾ ਲੱਗਿਆ। ਮੈਨੂੰ ਕਹਿਣ ਲੱਗੇ, ਭਗਵਾਨ ਉਹ ਮੁੰਡਾ ਅੱਜ ਆਇਆ ਹੋਇਆ ਹੈ ਜਿਸ ਨੂੰ ਕਹਿੰਦੇ ਸੀ ਮਰ ਗਿਆ, ਉਹ ਚੰਗਾ ਭਲਾ ਹੈ? ਕਿੰਨੀ ਸਾਇੰਸ ਵੱਧ ਗਈ ਸੰਸਾਰ ਵਿੱਚ, ਕੋਈ ਇਹੋ ਜਿਹਾ ਡਾਕਟਰ ਆ ਗਿਆ ਉਹਦਾ ਦਿਮਾਗ ਟੁੱਟਿਆ ਹੋਇਆ ਵੀ ਠੀਕ ਕਰ ਦਿੱਤਾ। ਮੈਂ ਸੱਚੇ ਪਾਤਸ਼ਾਹ ਇਹੋ ਜਿਹੇ ਡਾਕਟਰ ਤਾਂ ਤੁਸੀਂ ਸੀ, ਹੋਰ ਸੰਸਾਰ ਵਿੱਚ ਇਹੋ ਜਿਹਾ ਡਾਕਟਰ ਕੋਈ ਨਹੀਂ ਹੈ ਜਿਹੜਾ ਟੁੱਟੀਆਂ ਗੰਢ ਦੇਵੇ। ਜੋ ਕਿਛ ਕਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਹਨ, ਜੋ ਕਿਛ ਕਰੇ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਤਿਨ ਕੀ ਸੋਭਾ ਸਭਨੀ ਥਾਈ, ਤਿਨ ਕੀ ਸੋਭਾ ਸਭਨੀ ਥਾਈ, ਤਿਨ ਕੀ ਸੋਭਾ ਸਭਨੀ ਥਾਈ। ਪ੍ਰਭ ਕੇ ਚਰਨ ਪਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਤਿਨ ਕੀ ਸੋਭਾ ਸਭਨੀ ਥਾਈ, ਦਰਸ਼ਨ ਕਰਨ ਤੋਂ ਖਿਮਾ ਕਰ ਦੇਣਾ। ਕਾਰਨ ਇਹ ਸੀ, ਡਾਕਟਰ ਸਾਹਿਬ ਮੈਨੂੰ ਚੈੱਕ ਕਰਨ ਵਾਸਤੇ ਉੱਥੋਂ ਚੱਲੇ ਹੋਏ ਸਨ ਲੁਧਿਆਣੇ ਤੋਂ। ਇਹਨਾਂ ਦਾ ਆਪਣਾ ਸਮਾਂ ਸੀ, ਇਹਨਾਂ ਨੂੰ ਇੰਤਜ਼ਾਰ ਕਰਨ ਵਾਸਤੇ। ਇਹਨਾਂ ਦੀ ਦਵਾਈ ਨਾਲ ਮੈਨੂੰ ਫਾਇਦਾ ਹੋ ਗਿਆ, ਇਹਨਾਂ ਦੇ ਦਰਸ਼ਨ ਆਪ ਜੀ ਨੂੰ ਕਰਾਏ ਜਾਣਗੇ। ਹੁਣ ਸਾਰੇ ਹੀ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਆਪਣੀ ਰਚਨਾ ਪਵਿੱਤਰ ਕਰੋ। ਮੇਰੇ ਲੇਟ ਹੋਣ ਦਾ ਕਾਰਨ ਦੀ ਮੈਂ ਖਿਮਾ ਇਸ ਲਈ ਮੰਗੀ ਹੈ, ਮੈਂ ਥੋੜ੍ਹਾ ਲੇਟ ਹੋ ਗਿਆ, ਇਸ ਵਜ੍ਹਾ ਕਰਕੇ ਲੇਟ ਹੋਇਆ ਸੀ। ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਰਚਨਾ ਪਵਿੱਤਰ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਗੁਰੂ ਅੰਗਦ।
ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਘਰ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਪਕ ਸਾਗਰ ਸਾ ਲਹਿਰ ਮੈਂ ਤਾਰਹੋ ਤਾਰਨ ਹਾਰੇ ਮਾਤ ਘਰ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਪਾਪਕ ਸਾਗਰ ਸਾ ਲਹਿਰ ਮੈਂ ਤਾਰਹੋ ਤਾਰਨ ਹਾਰੇ ਮਾਧੋ ਤੂੰ ਟਾਕਿਰ ਸਿਰ ਮੋਰਾ ਇਹਾਂ ਉਹਾਂ ਤੁਹਾਰੋ ਥੋਰਾ ਰਹਾਉ ਕੇਤੇ ਕੋ ਮੇਰਾ ਚਮਨ ਕਾਰਣ ਹਾਰ ਤ੍ਰਿਣ ਜਾਨ ਤੂੰ ਦਾਤਾ ਮਾਂਗਨ ਕੋ ਸਗਲੀ ਦਾਨ ਦੇ ਪ੍ਰਾਪਨ ਕਿਨ ਮੈਂ ਅਵਰ ਕਿਨ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗੈਰੰਗ ਮੀਰੋ
ਊਚੋ ਆਗਮ ਅਪਾਰੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਿ।
ਸੋਡੀ ਕਰਨੀ ਦੇਖ ਕੇ ਤੁਹਾਨੂੰ ਸਭ ਜਗ ਪੂਜਦਾ ਸੋਡੀ ਕਰਨੀ ਦੇਖ ਕੇ ਤੁਹਾਨੂੰ ਸਭ ਜਗ ਪੂਜਦਾ ਛੋਟੀ ਕਰਨੀ ਦੇਖ ਤੁਹਾਨੂੰ ਸਭ ਜਗ ਪੂਜਦਾ ਛੋਟੀ ਕਰਨੀ ਦੇਖ ਕੇ ਸਭ ਜਗ